ਸਿਪਾਰਜ ਜਦੋਂ ਮੋਰਚਾ ਲੱਗਾ ਉਦੋਂ ਮਹਾਰਾਜ ਨੇ ਨਾ ਸਾਬਜਾਦਾ ਜੁਜਾਰ ਸਿੰਘ ਗੁਰਮਤਿ ਮਿਸ਼ਨ ਕਾਲਜ ਰੋਪੜ ਵਿਖੇ ਚੌਂਤਾ ਭਲਿਆਣ ਉੱਥੇ ਖੁੱਲਾ ਸੀ 83 ਦੀ ਗੱਲ ਕਰਦਾ ਜੀ ਹੈ ਨਾ ਤੇ 83 ਜੁਲਾਈ ਚ ਖੁੱਲਾ ਸੀ ਪਹਿਲਾ ਬੈਚ ਸੀ ਫਿਰ ਉੱਥੇ ਮਹਿਤੇ ਚ ਨਾ ਜਿਵੇਂ ਪਾਈ ਅਮਰੀਕ ਸਿੰਘ ਸੰਫੈਡਰੇਸ਼ਨ ਦੇ ਪ੍ਰਧਾਨ ਹਾਂ ਜਦੋਂ ਮੈਂ ਮਹਿਤੇ ਰਹਿੰਦਾ ਸੀ ਨਾ ਉਹਨਾਂ ਦੇ ਗੜਬਈ ਦੀ ਸੇਵਾ ਮਾਰੇ ਨੇ ਕੋਈ ਸਮਾਂ ਦਿੱਤੀ ਸੀ ਉਹਨਾਂ ਦੇ ਪ੍ਰਸ਼ਾਦਾ ਪਾਣੀ ਸ਼ਕਾਣਾ ਅਖਿਆਰੀ ਤੋਂ ਨੇ ਜੀ ਉਹਨਾਂ ਦੀ ਜੋ ਵੀ ਕੋਈ ਸੇਵਾ ਹੁੰਦੀ ਸੀ ਨਾ ਉਹ ਕਰੀਦੀ ਸੀ ਉਹਨਾਂ ਨਾਲ ਰਹਿ ਕੇ ਉਹ ਵੀ ਪਿਆਰ ਬਹੁਤ ਕਰਦੇ ਸੀਗੇ ਤੇ ਸਿੰਘ ਸਨ ਗੁਰਨਾਮ ਸਿੰਘ ਹੁਣ ਚੜਾਈ ਕਰਕੇ ਪੰਜੋਖਰਾ ਸਾਹਿਬ ਤੋਂ ਜੀ ਉਹ ਫਿਰ ਇਹ ਸਾਰੇ ਭਾਈ ਮਰੀਦ ਸਿੰਘ ਜੀ ਕਹਿੰਦੇ بیٹے ਵੀ ਤੁਹਾਡੀ ਬਿਰਤੀ ਕਾਫੀ ਹੈਗੀ ਹੈ ਵੀ ਜੇ ਜੀਵਨ ਲੈਣਾ ਹੈ ਤੇ ਮੈਥੇ ਟਕਸਾਲ ਤੋਂ ਲਵੋ ਜੇ ਵਿਦਿਆ ਲੈਣੀ ਹੈ ਤੇ ਉਹ ਮਿਸ਼ਨ ਦੀ ਕਾਲਜਾਂ ਵਿੱਚ ਬਹੁਤ ਹੈ ਤੇ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਉਹ ਵੀ ਅੰਦਰ ਸੀ ਚੀਜ਼ ਉਹ ਫਿਰ ਗੁਰਨਾਥ ਸਿੰਘ ਰਾਣੇ ਮੈਨੂੰ ਪ੍ਰੇਰਣਾ ਬਹੁਤ ਕੀਤੀ ਜਦੋਂ ਮੈਂ ਪਿੰਡ ਸੀ ਤੇ ਪਿੰਡੋਂ ਫਿਰ ਅਸੀਂ ਮਿਸ਼ਨ ਹੀ ਕਾਲਜ ਖੁੱਲ ਲੱਗੋ ਕੁਸ ਬਾਬ ਬਣਿਆ ਜੀ ਸਿੰਘ ਦੇ ਰਹੀਂ ਸੀ ਮਿਸ਼ਨ ਹੀ ਕਾਲਜ ਆਗੇ ਸੀ ਜੀ ਤੇ ਫਿਰ ਉਹ 83 ਤੋਂ 85 ਕੋਰਸ ਸੀ ਕੀਤਾ ਫਿਰ ਉਦੋਂ ਹੋਰ ਤਾਂ ਵਧੀਆ ਗੱਲ ਦੱਸਦੇ ਆ ਕਿ ਅਕਸਰ ਮਿਸ਼ਨਰੀਆਂ ਨੂੰ ਤੇ ਟਕਸਾਲੀ ਸਿੰਘਾਂ ਨੂੰ ਜਾਂ ਸਮਝਦੇ ਬੜੇ ਆਪੋਜੀਟ ਨੇ ਹੈ ਨਹੀਂ ਸਨ ਬਣਾ ਦਿੱਤੇ ਗਏ ਨੇ ਕੋਈ ਫਰਕ ਨਹੀਂ ਬਹੁਤ ਥੋੜੀਆਂ ਗੱਲਾਂ ਦਾ ਇੱਕ ਦੋ ਸੀ ਜੀ ਸਾਡੇ ਅਸੀਂ ਐਹੋ ਜਿਹਾ ਸਤਗੁਰੂ ਨੂੰ ਮੋਲਾ ਮਿਸ਼ਨਰੀ ਕਾਲਜ ਆਮ ਹੀ ਟਕਸਾਲ ਵਾਲੇ ਸਿੰਘ ਆਉਣ ਲੱਗ ਗਏ ਸਾਂ ਤੇ ਟਕਸਾਲ ਵਾਲੇ ਸਾਡੇ ਘਰ ਕੇ ਹੋਰ ਵੀ ਸਿੰ ਤਿੰਨ ਚਾਰ ਚ ਮੇਰੇ ਨਾਲ ਮਿਸ਼ਨਰੀ ਵੀ ਉੱਥੇ ਜਾਣ ਲੱਗ ਗਏ ਸਾਂ ਵੀ ਇੱਕ ਸਤਿਗੁਰੂ ਨੂੰ ਮੰਨਦੇ ਆ ਸਾਡਾ ਪਰਪਜ ਕਿ ਕੀ ਹੈ ਵੀ ਥੋੜੀਆਂ ਗੱਲਾਂ ਤੇ ਸਾਡਾ ਵਖਰੀ ਮੈਂ ਮਰਿਆਦਾ ਤੋਂ ਉਹਨਾਂ ਛੱਡ ਦਈਏ ਜੀ ਵੇ ਰਹਿ ਰਸ ਕਰਦੇ ਆ ਸ੍ਰੀ ਕਾਲ ਤੱਕ ਸਾਹਿਬ ਹੁਕਮਤਾਬਾ ਕਮਿਸ਼ਨੇ ਕਾਲ ਵਾਲੇ ਥੋੜੇ ਪੜਦੇ ਹਰਮੰਦਰ ਸਾਹਿਬ ਵੀ ਤੋਂ ਨਾ ਹੀ ਅਸੀਂ ਕਰਦੇ ਉਸ ਦੋਸਤੋਂ ਵਿੱਚ ਘਟ ਹੁੰਦਾ ਹੈ ਨਾ ਜੀ ਤੇ ਪਰ ਉਹਦੇ ਨਾਲ ਹੋਰ ਕਿੰਨਾ ਕੁਛ ਹੈਗਾ ਹੈ ਨਾ ਜੀ ਤੇ ਆਪਾਂ ਨਿੱਕੇ ਨਿੱਕੇ ਗੱਲਾਂ ਤੇ ਵਖਰੇਵਾ ਨਾ ਪਾਈਏ